ਆਉਣ ਵਾਲੀ ਵੈਬ ਸੀਰੀਜ਼ ਹੱਸੂ ਹੱਸੂ ਕਰਦੇ ਚਿਹਰੇ ਦਾ ਪਹਿਲਾ ਪੋਸਟਰ ਆਇਆ ਸਾਹਮਣੇ। ਜੀ ਹਾਂ, ਰੀਸੈਂਟਲੀ ਇਸ ਸੀਰੀਜ਼ ਦੇ ਮੇਕਰਸ ਦੇ ਵੱਲੋਂ ਇਸ ਦਾ ਪਹਿਲਾ ਪੋਸਟਰ ਸਾਂਝਾ ਕਰ ਦਿੱਤਾ ਗਿਆ। ਇਸ ਪੋਸਟਰ ਦੇ ਵਿੱਚ ਅਸੀਂ ਨਿਰਮਲ ਰਿਸ਼ੀ, ਸੀਮਾ ਵੋਹਰੇ, ਜਗਮੀਤ ਕੌਰ ਤੇ ਸੁਖਮਨੀ ਕੌਰ ਨੂੰ ਦੇਖ ਸਕਦੇ ਹਾਂ। ਵੈਲ, ਦੱਸ ਦਈਏ ਕਿ ਇਸ ਸੀਰੀਜ਼ ਦੇ ਵਿੱਚ ਸਾਨੂੰ ਮੁੱਖ ਭੂਮਿਕਾਵਾਂ ਨਿਭਾਉਂਦੇ ਹੋਏ ਨਜ਼ਰ ਆਉਣਗੇ ਪਦਮ ਸ਼੍ਰੀ, ਮੈਡਮ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਵੋਹਰੇ, ਜਗਮੀਤ ਕੌਰ, ਸੁਖਮਨੀ ਕੌਰ ਐਂਡ ਰਵਿੰਦਰ ਮੰਡ। ਦੱਸ ਦਈਏ ਕਿ ਇਸ ਸੀਰੀਜ਼ ਨੂੰ ਮੇਕਰਸ ਦੇ ਵੱਲੋਂ ਜਲਦੀ ਹੀ ਰਿਲੀਜ਼ ਕਰ ਦਿੱਤਾ ਜਾਵੇਗਾ ਤੇ ਇਸ ਦੀ ਹਲੇ ਪਰਟੀਕੁਲਰ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ। ਜਿਵੇਂ ਕੋਈ ਪਰਟੀਕੁਲਰ ਰਿਲੀਜ਼ ਡੇਟ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ। ਫਿਲਹਾਲ ਮੇਕਰਸ ਦੇ ਵੱਲੋਂ ਇਸ ਦਾ ਪੋਸਟਰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਅਸੀਂ ਨਿਰਮਲ ਰਿਸ਼ੀ, ਜਗਮੀਤ ਕੌਰ, ਸੀਮਾ ਵੋਹਰੇ ਤੇ ਸੁਖਮਨੀ ਕੌਰ ਨੂੰ ਦੇਖ ਸਕਦੇ ਹਾਂ। ਹੱਸੂ ਹੱਸੂ ਕਰਦੇ ਚਿਹਰੇ ਇਸ ਸੀਰੀਜ਼ ਦਾ ਨਾਮ ਹੈ। ਸੋ ਹੁਣ ਵੇਖਦੇ ਹਾਂ ਕਿ ਇਸ ਦਾ ਟਾਈਟਲ ਜਸਟੀਫਾਈ ਕਰਨ ਵਾਲੀ ਸਟੋਰੀ ਕਿਹੋ ਜਿਹੀ ਹੁੰਦੀ ਹੈ ਇਸ ਸੀਰੀਜ਼ ਦੀ ਕਹਾਣੀ। ਜੇਕਰ ਇਸ ਕਹਾਣੀ ਦੀ ਗੱਲ ਕਰੀਏ ਤੇ ਸਪਿੰਦਰ ਸਿੰਘ ਸ਼ੇਰਗਿੱਲ ਦੇ ਵੱਲੋਂ ਇਸ ਸੀਰੀਜ਼ ਦੀ ਕਹਾਣੀ ਨੂੰ ਲਿਖਿਆ ਗਿਆ ਹੈ ਤੇ ਸਾਨੂੰ ਇਸ ਸੀਰੀਜ਼ ਦੇ ਵਿੱਚ ਜਤਿੰਦਰ ਭੁੱਲਰ, ਨਵਦੀਪ ਸਿਮਰਨ, ਰਾਜੀਵ ਮਹਿਰਾ, ਧਰਮਿੰਦਰ ਕੌਰ ਤੇ ਹੋਰ ਕਈ ਸਾਰੇ ਮਜੇ ਹੋਏ ਕਲਾਕਾਰ ਵੀ ਨਜ਼ਰ ਆਉਣ ਵਾਲੇ ਨੇ। ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਵੋਹਰੇ, ਜਗਮੀਤ ਕੌਰ, ਸੁਖਮਨੀ ਕੌਰ ਤੇ ਰਵਿੰਦਰ ਬੰਡ ਦੇ ਨਾਲ ਨਾਲ। ਦੱਸ ਦਈਏ ਕਿ ਇਸ ਸੀਰੀਜ਼ ਦੇ DOP ਨੇ ਹਰਪਾਲ ਗਿੱਲ ਤੇ ਐਸੋਸੀਏਟ ਡਾਇਰੈਕਟਰ ਨੇ ਗੁਰਪ੍ਰੀਤ ਸਿੰਘ ਗੁਰੀ। ਇਸ ਸੀਰੀਜ਼ ਨੂੰ ਡਾਇਰੈਕਟ ਕੀਤਾ ਗਿਆ ਵਨ ਐਂਡ ਓਨਲੀ ਜੱਸੀ ਮਾਨ ਦੇ ਵੱਲੋਂ, ਜੋ ਕਿ ਕਈ ਸਾਰੀਆਂ ਫਿਲਮਾਂ ਦੇ ਵਿੱਚ ਐਜ਼ ਐਨ ਐਸੋਸੀਏਟ ਡਾਇਰੈਕਟਰ ਵੀ ਕੰਮ ਕਰ ਚੁੱਕੇ ਨੇ ਤੇ ਕਈ ਵੈਬ ਫਿਲਮਾਂ ਨੂੰ ਡਾਇਰੈਕਟ ਵੀ ਕਰ ਚੁੱਕੇ ਨੇ। ਵੈਲ, ਜੱਸੀ ਮਾਨ ਦੇ ਵੱਲੋਂ ਇਸ ਸੀਰੀਜ਼ ਨੂੰ ਡਾਇਰੈਕਟ ਕੀਤਾ ਗਿਆ ਤੇ ਇਸ ਨੂੰ ਪ੍ਰੋਡਿਊਸ ਕੀਤਾ ਗਿਆ ਆਯਾਤ ਫਿਲਮਸ ਦੇ ਵੱਲੋਂ, ਯਾਨੀ ਕਿ ਆਯਾਤ ਫਿਲਮਸ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਹੈ ਸੀਰੀਜ਼ ਹੱਸੂ ਹੱਸੂ ਕਰਦੇ ਚਿਹਰੇ। ਸੋ ਕਿੰਨੇ ਐਕਸਾਈਟਿਡ ਹੋ ਇਸ ਦੇ ਲਈ ਕਮੈਂਟ ਕਰਕੇ ਦੱਸ ਸਕਦੇ ਹੋ। ਫਿਲਹਾਲ ਇਸ ਸੀਰੀਜ਼ ਦੀ ਕੋਈ ਪਰਟੀਕੁਲਰ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ, ਲੇਕਿਨ ਕਮਿੰਗ ਸੂਨ ਜ਼ਰੂਰ ਲਿਖਿਆ ਗਿਆ ਪੋਸਟਰ ਦੇ ਉੱਤੇ। ਸੋ ਹੁਣ ਦੇਖਦੇ ਹਾਂ ਕਿ ਇਹ ਸੀਰੀਜ਼ ਕਦੋਂ ਰਿਲੀਜ਼ ਹੁੰਦੀ ਹੈ ਜਾਂ ਜਿਵੇਂ ਕੋਈ ਪਰਟੀਕੁਲਰ ਰਿਲੀਜ਼ ਡੇਟ ਸਾਹਮਣੇ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦੇਵਾਂਗੇ। ਇਸ ਸੀਰੀਜ਼ ਦੇ ਪੋਸਟਰ ਨੂੰ ਤੇ ਨਾਮ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਸੀਰੀਜ਼ ਇੱਕ ਫੀਮੇਲ ਓਰੀਐਂਟਿਡ ਸੀਰੀਜ਼ ਹੋਣ ਵਾਲੀ ਹੈ। ਸੋ ਹੁਣ ਦੇਖਦੇ ਹਾਂ ਕਿ ਇਸ ਸੀਰੀਜ਼ ਦੇ ਵਿੱਚ ਕੀ ਕੁਝ ਨਵਾਂ ਕੰਟੈਂਟ ਹੁੰਦਾ ਹੈ, ਕੀ ਕੁਝ ਯੂਨੀਕ ਹੁੰਦਾ ਹੈ। ਇਹ ਸੀਰੀਜ਼ ਕਿਸ OTT ਪਲੇਟਫਾਰਮ ਜਾਂ ਕਿਤੇ ਰਿਲੀਜ਼ ਹੋਣ ਵਾਲੀ ਹੈ ਫਿਲਹਾਲ ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਿਵੇਂ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝਾ ਕਰ ਦੇਵਾਂਗੇ। ਫਿਲਹਾਲ ਪੋਸਟਰ ਕਿਹੋ ਜਿਹਾ ਲੱਗਿਆ ਇਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ। ਇਸ ਤੋਂ ਇਲਾਵਾ ਬਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ। ਧੰਨਵਾਦ।